ਕਰਨਗੇ, ਤੁਸੀਂ ਸੱਤ ਸਮੁੰਦਰੋਂ ਪਾਰ ਕਿਤੇ ਵੀ ਚਲੇ ਜਾਓ, ਪਰ ਜਦੋਂ ਵੀ ਸੁਪਨਾ ਆਉਂਦਾ ਤਾਂ ਅਕਸਰ ਪਿੰਡ ਦਾ ਆਉਂਦਾ ਹੈ। ਬਿਲਕੁਲ ਸਹੀ, ਪਿੰਡ ਦਾ ਆਉਂਦਾ। ਸ਼ੂਟਿੰਗ ਚੈਨਲਸ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ, ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਬੱਬਲ ਕੌਰ, ਅੱਜ ਤੁਹਾਨੂੰ ਮਿਲਾਉਣ ਲੱਗੀ ਹਾਂ ਇੱਕ ਹੋਰ ਸੁਰੀਲੇ ਫਨਕਾਰ ਦੇ ਨਾਲ। ਬਹੁਤ ਹੀ ਪਿਆਰੀ ਆਵਾਜ਼ ਤੁਹਾਡੇ ਰੂਬਰੂ ਕਰਨ ਲੱਗੇ ਹਾਂ। ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਧਰਮਵੀਰ ਜੀ, ਸਾਡੇ ਨਾਲ ਅੱਜ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ। ਆਓ ਜੀ ਮਿਲਦੇ ਹਾਂ ਧਰਮਵੀਰ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਧਰਮਵੀਰ, ਅਤੇ ਤਾਜ ਵੀਡੀਓ ਸ਼ੂਟਿੰਗ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਬੱਬਲ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰੀ ਫਿਰ। ਅਤੇ ਧਰਮਵੀਰ ਜੀ, ਮੈਂ ਸਭ ਤੋਂ ਪਹਿਲਾਂ, ਮੈਨੂੰ ਬੜੀ ਐਕਸਾਈਟਮੈਂਟ ਹੋ ਰਹੀ ਹੈ, ਇੱਕ ਤੁਹਾਡਾ ਟਰੈਕ ਆਇਆ ਸੀਗਾ ਮਾਰਕੀਟ ਦੇ ਵਿੱਚ, ਗੱਲ ਕਰਦੇ ਹਾਂ ਤੁਹਾਡੇ ਉਸੇ ਗਾਣੇ ਤੋਂ ਸ਼ੁਰੂ ਜੀ, ਮਿਹਰਬਾਨੀਆਂ ਜੀ, ਬਿਲਕੁਲ ਆਇਆ ਸੀ, ਬਹੁਤ ਚੱਲਿਆ ਸੀਗਾ। ਅਤੇ ਮੈਂ ਸਭ ਤੋਂ ਪਹਿਲਾਂ ਚਾਹੁੰਦੀ ਹਾਂ ਤੁਸੀਂ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜ਼ਰੂਰ ਦੱਸੋ ਜੀ। ਬਿਲਕੁਲ, ਇਹ ਮੇਰੇ ਖਿਆਲ 2012 'ਚ ਮੇਰੀ ਐਲਬਮ ਆਈ ਸੀ ਗੋਇਲ ਮਿਊਜ਼ਿਕ ਤੋਂ ਜੀ, ਬੂਹੇ, ਉਹਦੇ 'ਚ ਮੇਰਾ ਟਰੈਕ ਸੀਗਾ ਮਿਹਰਬਾਨੀਆਂ, ਜਿਹਨੂੰ ਸਰੋਤਿਆਂ ਨੇ ਬੜਾ ਪਿਆਰ ਦਿੱਤਾ, ਸਤਿਕਾਰ ਦਿੱਤਾ। ਤੇ ਚੰਦ ਲੈਣਾ ਮੈਂ ਥੋੜੀ ਨਜ਼ਰ ਵੀ ਕਰਦਾ। ਬਿਲਕੁਲ ਜੀ, ਉਹ ਤਾਂ ਅਸੀਂ ਸੁਣੇ ਬਿਨਾਂ ਤੁਹਾਨੂੰ ਜਾਣ ਵੀ ਨਹੀਂ ਦੇਣਾ ਜੀ। ਬਹੁਤੀਆਂ ਗਰੀਬੀਆਂ ਸੀ, ਦੇ ਗਏ ਤੂੰ ਅਮੀਰੀਆਂ, ਪੁੱਛਦਾ ਸੀ ਕੌਣ ਸਾਨੂੰ ਜਦੋਂ ਸੀ ਫਕੀਰੀਆਂ, ਤੇਰੇ ਸੰਗ ਸਾਰੀਆਂ ਰੰਗੀਨੀਆਂ ਤੇ ਰੰਗਲੀ ਬਹਾਰ ਦੀ ਕਮੀਏ, ਬਾਕੀ ਸਭ ਦਾਤੇ ਦੀਆਂ ਮਿਹਰਬਾਨੀਆਂ ਨੀ ਤੇਰੇ ਪਿਆਰ ਦੀ ਕਮੀ ਏ, ਬਾਕੀ ਸਭ ਰੱਬ ਦੀਆਂ ਮਿਹਰਬਾਨੀਆਂ ਨੀ ਤੇਰੇ ਪਿਆਰ ਦੀ ਕਮੀ ਏ। ਵਾਹ ਜੀ ਵਾਹ, ਕਿਆ ਬਾਤ, ਬਹੁਤ ਵਧੀਆ, ਥੈਂਕ ਯੂ ਜੀ। ਮੈਨੂੰ ਲੱਗਦਾ ਤੁਸੀਂ ਗਹਿਰੀ ਸੱਟ ਖਾਧੀ ਹੋਈ। ਨਹੀਂ ਜੀ, ਬਸ ਮੇਰਾ ਇੱਕ ਹੈ ਨਾ ਝੁਕਾਓ ਇੱਧਰ ਨੂੰ ਥੋੜ੍ਹਾ, ਹੈ ਨਾ ਸੈਡ ਰੋਮੈਂਟਿਕ ਵੱਲ ਨੂੰ ਥੋੜ੍ਹਾ ਜਿਹਾ, ਮੇਰੀ ਆਵਾਜ਼ ਦਾ, ਮੇਰੀ ਵੋਕਲ ਦਾ ਫਲੋ ਜ਼ਿਆਦਾ ਇੱਧਰ ਨੂੰ ਹੈ, ਤਾਂ ਕਰਕੇ ਬਸ ਮੈਨੂੰ ਖੁਦ ਨੂੰ ਚੰਗਾ ਲੱਗਦਾ ਇੱਦਾਂ ਗਾਣਾ। ਬਿਲਕੁਲ ਜੀ, ਤੇ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਹੁੰਦਾ ਜੀ। ਤੇ ਇੱਕ ਤੁਹਾਡਾ ਹੋਰ ਜਿਹੜਾ ਇੱਕ ਪੰਜਾਬੀ ਵਿਰਸਾ ਲਾਈਵ ਆਇਆ ਸੀ, ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ, ਤੇ ਉਹਦੇ ਵਿੱਚ ਇੱਕ ਗਾਣਾ ਸੀਗਾ ਸਪੈਸ਼ਲੀ ਜੋ ਮੈਨੂੰ ਬਹੁਤ ਪਸੰਦ ਹੈ, ਪਿੰਡ। ਹਾਂ, ਪਿੰਡ ਵਾਲਾ ਕੱਚਾ ਘਰ। ਹਾਂ, ਪਿੰਡ ਵਾਲਾ ਕੱਚਾ ਘਰ ਜੀ 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 ਜੀ, ਉਹ ਬਹੁਤ, ਤੁਸੀਂ ਮੈਂ ਚਾਹੁੰਦੀ ਹਾਂ ਉਹਦੀਆਂ ਵੀ ਦੋ ਲਾਈਨਾਂ ਜੇ ਸ਼ੇਅਰ ਹੋ ਜਾਣ ਤਾਂ ਬਹੁਤ ਵਧੀਆ ਗੱਲ ਹੈ। ਜੀ, ਐਕਚੁਅਲੀ ਮੇਰਾ 2018 'ਚ ਪੰਜਾਬੀ ਵਿਰਸਾ ਲਾਈਵ ਸ਼ੋਅ ਰਿਕਾਰਡ ਹੋਇਆ ਸੀਗਾ ਜੀ, ਜਿਹਨੂੰ ਸਰੋਤਿਆਂ ਵੱਲੋਂ ਬੜਾ ਪਿਆਰ ਮਿਲਿਆ, ਬੜਾ ਸਤਿਕਾਰ ਮਿਲਿਆ, ਕਿਉਂਕਿ ਮੇਰੀ ਸ਼ੁਰੂ ਤੋਂ ਹਮੇਸ਼ਾ ਇਹੀ ਤਮੰਨਾ ਰਹੀ ਹੈ ਕਿ ਮੈਂ ਜੋ ਵੀ ਗਾਵਾਂ, ਜਿੰਨਾ ਵੀ ਗਾਵਾਂ, ਸੱਭਿਆਚਾਰਕ ਗਾਵਾਂ, ਆਪਣੇ ਵਿਰਸੇ ਨੂੰ ਪ੍ਰਮੋਟ ਕਰਾਂ। ਸੋ ਉਹ ਗਾਣਾ ਮੇਰੇ ਵੀ ਬਹੁਤ ਦਿਲ ਦੇ ਕਰੀਬ ਹੈ, ਸਾਡੇ ਸਰੋਤਿਆਂ ਨੂੰ ਵੀ ਬੜਾ ਪਸੰਦ ਕੀਤਾ ਸੀਗਾ ਸਾਡੇ ਸ਼ਰੂਤੇ ਨੇ, ਉਹਦੀਆਂ ਵੀ ਮੈਂ ਚੰਦ ਲੈਣਾ ਥੋੜ੍ਹੀ ਨਜ਼ਰ ਕਰਦਾ। ਉਹਦੀ ਕਿਰਪਾ ਨਾਲ ਤਰੱਕੀਆਂ ਹੋਈਆਂ ਨੇ, ਕੁਝ ਚੀਜ਼ਾਂ ਜੇ ਪਾਈਆਂ ਬਹੁਤੀਆਂ ਖੋਈਆਂ ਨੇ, ਪੈਸਾ ਆਇਆ ਮੋਦੀਆਂ ਤੰਦਾਂ ਤੋੜ ਗਿਆ, ਕਿੱਥੋਂ ਲਈਏ ਇਹ ਸਮਾਨ ਨਾ ਮੁੱਲ ਦਾ ਹੈ, ਸ਼ਹਿਰ 'ਚ ਆ ਕੇ ਬੰਗਲੇ ਬੜੇ ਬਣਾ ਲਏ ਨੇ, ਪਿੰਡ ਵਾਲਾ ਪਰ ਕੱਚਾ ਘਰ ਨਾ ਭੁੱਲਦਾ ਹੈ, ਕਨੇਡਾ ਜਾ ਕੇ ਬੰਗਲੇ ਬੜੇ ਬਣਾ ਲਏ ਨੇ, ਪੰਜਾਬ ਵਾਲਾ ਪਰ ਕੱਚਾ ਘਰ ਨਾ ਭੁੱਲਦਾ ਹੈ, ਪੰਜਾਬ ਵਾਲਾ ਪਰ ਕੱਚਾ ਘਰ ਨਾ ਭੁੱਲਦਾ ਹੈ।
ਵਾਹ ਜੀ ਵਾਹ, ਤੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਸਾਡੇ ਐਨ ਆਰ ਆਈਜ਼ ਵੀ ਇਸ ਇੰਟਰਵਿਊ ਨੂੰ ਦੇਖ ਰਹੇ ਹੋਣਗੇ, ਇਸ ਟਾਈਮ ਉਹਨਾਂ ਨੂੰ ਆਪਣਾ ਪਿੰਡ ਦਾ ਕੱਚਾ ਘਰ ਹੈ ਜਿਹੜਾ ਇੱਕ ਵਾਰੀ ਬਿਲਕੁਲ ਚੇਤੇ ਆ ਗਿਆ ਹੋਣਾ। ਜੀ 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 ਬੱਬਲ ਜੀ, ਐਕਚੁਅਲੀ ਇਹ ਗਾਣੇ ਦਾ ਥੀਮ ਹੀ ਇੱਦਾਂ ਸੀਗਾ ਕਿ ਸਾਡੇ ਕਈ ਹੈ ਨਾ ਸ਼ਹਿਰਾਂ 'ਚੋਂ ਕੁਛ ਲੋਕ ਹੈ ਨਾ ਪਿੰਡਾਂ 'ਚ ਮੂਵ ਕਰ ਗਏ ਨੇ, ਹੈ ਨਾ, ਪਰ ਜਿਹੜੇ ਸਾਡੇ ਉਹ ਪਿੰਡਾਂ ਵਾਲੀ ਗਲੀਆਂ, ਉਹ ਮੋੜ ਹੈ ਨਾ, ਉਹ ਪਿੰਡ ਦੀਆਂ ਯਾਦਾਂ, ਉਹ ਕਦੇ ਨਹੀਂ ਭੁੱਲਦੀਆਂ। ਉਹ ਹਮੇਸ਼ਾ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਭਾਵੇਂ ਸੱਤ ਸਮੁੰਦਰੋਂ ਪਾਰ ਚਲੇ ਜਾਈਏ, ਉਹ ਹਮੇਸ਼ਾ ਨਾਲ ਜਾਂਦੀਆਂ ਨੇ। ਸੋ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਕੈਨੇਡਾ ਵਾਲਿਆਂ ਨੂੰ ਵੀ ਦੱਸ ਸਕੀਏ, ਹੈ ਨਾ, ਕਿ ਤੁਹਾਡਾ ਪੰਜਾਬ ਤੁਹਾਨੂੰ। ਤੇ ਕਹਿੰਦੇ ਬੇਸ਼ੱਕ ਆਪਣਾ ਤੁਸੀਂ ਇੰਡੀਆ ਛੱਡ ਕੇ, ਆਪਣਾ ਪਿੰਡ ਛੱਡ ਕੇ ਤੁਸੀਂ ਸੱਤ ਸਮੁੰਦਰੋਂ ਪਾਰ ਕਿਤੇ ਵੀ ਚਲੇ ਜਾਓ, ਪਰ ਜਦੋਂ ਵੀ ਸੁਪਨਾ ਆਉਂਦਾ ਤਾਂ ਅਕਸਰ ਪਿੰਡ ਦਾ ਆਉਂਦਾ ਹੈ। ਬਿਲਕੁਲ ਸਹੀ, ਪਿੰਡ ਦਾ ਆਉਂਦਾ। ਤੇ ਮੈਂ ਹੁਣ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਤੁਹਾਡੇ ਪਿਛੋਕੜ ਦੇ ਬਾਰੇ। ਤੁਹਾਡੇ ਘਰ ਦੇ ਵਿੱਚ ਕੋਈ ਸੰਗੀਤ ਨਾਲ ਜੁੜਿਆ ਸੀਗਾ ਜੋ ਤੁਹਾਨੂੰ ਇਹ ਪ੍ਰੇਰਣਾ ਮਿਲੀ ਕਿ ਤੁਹਾਨੂੰ ਇਸ ਪਾਸੇ ਆਉਣਾ ਚਾਹੀਦਾ? ਨਹੀਂ ਬੱਬਲ ਜੀ, ਮੇਰੀ ਫੈਮਿਲੀ 'ਚੋਂ ਕੋਈ ਸੰਗੀਤ ਨਾਲ ਜੁੜਿਆ ਨਹੀਂ ਹੋਇਆ ਸੀਗਾ। ਮੈਂ ਹੀ ਆਪਣੇ ਘਰ 'ਚੋਂ ਸ਼ੁਰੂਆਤ ਕੀਤੀ ਹੈ। ਤੇ ਜੋ ਸ਼ੁਰੂ ਕੀਤੀ ਸੀ ਹੈ ਨਾ, ਮੇਰੇ ਮੰਮਾ ਮੈਨੂੰ ਕਹਿੰਦੇ ਹੁੰਦੇ ਸੀ, ਸਵਰਗੀ ਮੇਰੇ ਮੰਮਾ ਜੀ ਇਸ ਟਾਈਮ ਦੁਨੀਆ 'ਤੇ ਨਹੀਂ, ਪਰਮਾਤਮਾ ਜਿੱਥੇ ਵੀ ਹੋਣ ਉਹਨਾਂ ਦੀ ਰੂਹ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਕਿਉਂਕਿ ਅੱਜ ਮੈਂ ਜੋ ਵੀ ਹਾਂ ਉਹਨਾਂ ਦੇ ਆਸ਼ੀਰਵਾਦ ਦੇ ਬਦੌਲਤ ਹਾਂ। ਸੋ ਮੇਰੇ ਮੰਮਾ ਮੈਨੂੰ ਬਹੁਤ ਕਹਿੰਦੇ ਹੁੰਦੇ ਸੀ ਤੂੰ ਕਿੱਦਾਂ ਦੀ ਲਾਈਨ ਚੁਣ ਲਈ, ਹੈ ਨਾ, ਅਤੇ ਬੇਸਿਕਲੀ ਮੈਂ ਅਗਰਵਾਲ ਫੈਮਿਲੀ ਤੋਂ ਹਾਂ, ਹੈ ਨਾ, ਅਤੇ ਸਾਡੇ ਤਾਂ ਨੇੜੇ ਤੇੜੇ ਵੀ ਨਹੀਂ ਸੀਗਾ ਕਿਤੇ, ਅਤੇ ਮੈਨੂੰ ਹੀ ਚੇਟਕ ਲੱਗੀ ਗਾਉਣ ਦੀ, ਅਤੇ ਸ਼ੁਰੂਆਤ ਹੋ ਗਈ ਜੀ। ਬਸ ਉਸ ਤੋਂ ਬਾਅਦ ਫੈਮਿਲੀ 'ਚ ਕੋਈ ਨਹੀਂ ਸੀਗਾ, ਮੈਂ ਹੀ ਸ਼ੁਰੂ ਕੀਤਾ। ਓਕੇ ਜੀ। ਤੇ ਇੱਕ ਸਵਾਲ ਹੋਰ ਜੀ, ਜੇ ਤੁਸੀਂ ਸਿੰਗਿੰਗ ਵਾਲੇ ਪਾਸੇ ਨਾ ਆਉਂਦੇ ਜੀ ਤਾਂ ਫਿਰ ਤੁਸੀਂ ਕੀ ਕਰਨਾ ਸੀ? ਜਿਵੇਂ ਸਿੰਗਿੰਗ ਵਾਲੇ ਪਾਸੇ ਨਾ ਹੁੰਦਾ ਜੀ, ਅਸੀਂ ਅਗਰਵਾਲਾ ਮੈਂ ਕਿਤੇ ਕਰਿਆਨੇ ਦੀ ਦੁਕਾਨ ਕਰਕੇ ਬੈਠਾ ਹੁੰਦਾ ਜ਼ਰੂਰ, ਨੂਣ ਤੇਲ ਸਾਬਣ ਵੇਚਦਾ ਹੁੰਦਾ ਕਿਤੇ ਨਾ ਕਿਤੇ ਜੀ। ਤੇ ਧਰਮਵੀਰ ਜੀ, ਮੈਂ ਇੱਕ ਗੱਲ ਹੋਰ ਜਾਣਨਾ ਚਾਹੁੰਦੀ ਹਾਂ ਕਿ ਇਸ ਫੀਲਡ ਦੇ ਵਿੱਚ ਤੁਹਾਡਾ ਸਾਥ ਕਿਸ ਕਿਸ ਨੇ ਦਿੱਤਾ? ਇਸ ਫੀਲਡ 'ਚ ਸਾਥ ਜੀ ਮੇਰਾ, ਮੇਰੇ ਬਹੁਤ ਹੀ ਰੱਬ ਵਰਗੇ ਮੇਰੇ ਦੋਸਤ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਅਤੇ ਕਿਉਂਕਿ ਮੇਰੇ ਮਦਰ ਫਾਦਰ ਬੜੀ ਛੋਟੀ ਜਿਹੀ ਉਮਰ 'ਚ ਐਕਸਪਾਇਰ ਹੋ ਗਏ ਸੀਗੇ, ਉਹਨਾਂ ਦਾ ਸਾਥ ਮੈਨੂੰ ਮਿਲ ਨਹੀਂ ਸਕਿਆ। ਮੈਂ ਬੜਾ ਬੇਭਾਗਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਉਹਨਾਂ ਦਾ ਹੈ ਨਾ ਸਾਥ ਨਹੀਂ ਮੈਨੂੰ ਮਿਲ ਸਕਿਆ, ਪਰ ਮੇਰੇ ਪਿੰਡ ਛੱਤਬੀੜ ਹੈ, ਜੂਹ ਦੇ ਨਾਂ ਤੋਂ ਬੜਾ ਮਸ਼ਹੂਰ ਹੈ, ਸ਼ਾਇਦ ਤੁਸੀਂ ਸੁਣਿਆ ਹੋਊਗਾ। ਮੇਰੇ ਪਿੰਡ ਦੇ ਸਾਰੇ ਹੀ ਬਹੁਤ ਸਤਿਕਾਰਯੋਗ, ਜਿਨ੍ਹਾਂ ਕਰਕੇ ਅੱਜ ਮੈਂ ਇਸ ਲਾਈਨ 'ਚ ਹਾਂ, ਹੈ ਨਾ, ਮੇਰੇ ਕੇਸ਼ਵ ਰਾਮ ਧੀਮਾਨ ਅੰਕਲ ਜੀ ਨੇ ਅਤੇ ਹਰਨਾਮ ਸਿੰਘ ਜੀ ਪ੍ਰਧਾਨ ਸਾਹਿਬ, ਜਿਹੜੇ ਮੈਨੂੰ ਅਕਸਰ ਹਮੇਸ਼ਾ ਜਦੋਂ ਵੀ ਸਾਡੇ ਪਿੰਡ ਕੋਈ ਕਲਾਕਾਰ ਲੱਗਣਾ ਹੁੰਦਾ ਸੀਗਾ ਅਤੇ ਉਹਨੂੰ ਰਿਕੁਐਸਟ ਕਰਕੇ ਕਹਿੰਦੇ ਹੁੰਦੇ ਸੀ ਕਿ ਸਾਡੇ ਮੁੰਡੇ ਨੇ ਧਰਮਵੀਰ ਨੇ ਗਾਉਣਾ ਜੀ, ਇਹਨੂੰ ਵੀ ਮੌਕਾ ਦਿਓ। ਸੋ ਮੇਰੇ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਮੇਰੇ ਹੋਰ ਕਾਫੀ ਦੋਸਤ ਨੇ, ਜਿਵੇਂ ਮੇਰਾ ਭੰਗੂ ਜਲਦਾਰ ਵੀਰ ਹੈ ਜਿਹੜਾ ਮੇਰੇ ਪੰਜਾਬੀ ਵਿਰਸਾ, ਉਹਨੇ ਸ਼ੋਅ ਲਿਖਿਆ ਸੀਗਾ ਅਤੇ ਕਾਫੀ ਗੀਤ ਮੈਂ ਉਹਦੇ ਲਿਖੇ ਹੋਏ ਗਾਏ ਨੇ, ਉਹਨਾਂ ਨੇ ਮੇਰਾ ਕਾਫੀ ਸਾਥ ਦਿੱਤਾ। ਅਤੇ ਕੁਛ ਰੂਹਾਂ ਐਸੀਆਂ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਉਹਨਾਂ ਨੂੰ ਬਸ ਸਲਿਊਟ ਕਰੂੰਗਾ, ਉਹ ਖੁਦ ਜਾਣੇ ਜਾਣਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜੀ। ਸੋ ਮੈਂ ਤਾਂ ਵੈਸੇ ਸੋਚਦੀ ਹਾਂ ਕਿ ਹਰ ਪਿੰਡ ਦੇ ਵਿੱਚ ਇਦਾਂ ਦੇ ਸਪੋਰਟਰ ਹੋਣੇ ਚਾਹੀਦੇ ਨੇ ਤਾਂ ਕਿ ਤੁਹਾਡੇ ਵਰਗੇ ਸਿੰਗਰ ਨੇ ਜਿਹੜੇ ਅੱਗੇ ਆ ਸਕਣ। ਤੇ ਜਾਂਦੇ ਜਾਂਦੇ ਮੈਂ ਚਾਹਾਂਗੀ ਸਾਡੇ ਦਰਸ਼ਕਾਂ ਨੂੰ ਦੋ ਲਾਈਨਾਂ ਕਿਸੇ ਗੀਤ ਦੀਆਂ ਹੋ ਜਾਣ ਤਾਂ ਬਹੁਤ ਵਧੀਆ ਗੱਲ। ਜ਼ਰੂਰ ਜੀ ਜ਼ਰੂਰ। ਬਈ ਗੱਲਾਂ ਅਸੀਂ ਸੱਚੀਆਂ ਸੁਣਾਉਣੇ ਆਏ ਆ, ਵਿਰਸਾ ਪੰਜਾਬੀ ਅਸੀਂ ਗਾਉਣ ਆਏ ਆ, ਵਿਰਸਾ ਪੰਜਾਬੀ ਅਸੀਂ ਗਾਉਣ ਆਏ ਆ। ਸਾਈਕਲ ਦੀ ਚੈਨ 'ਚ ਪਜਾਮਾ ਫਸ ਜਾਂਦਾ ਸੀ, ਕੱਢਦੇ ਹੋਏ ਹੱਥਾਂ 'ਚੋਂ ਗਰੀਸ ਰਚ ਜਾਂਦਾ ਸੀ, ਕੱਢਦੇ ਹੋਏ ਹੱਥਾਂ 'ਚੋਂ ਗਰੀਸ ਰਚ ਜਾਂਦਾ ਸੀ। ਟਾਈਮ ਉਹੀ ਯਾਦ ਕਰਵਾਉਣ ਆਏ ਆ, ਵਿਰਸਾ ਪੰਜਾਬੀ ਅਸੀਂ ਗਾਉਣ ਆਏ ਆ, ਵਿਰਸਾ ਪੰਜਾਬੀ ਅਸੀਂ ਗਾਉਣ ਆਏ ਆ। ਵਾਹ ਜੀ ਵਾਹ, ਕੀ ਬਾਤ ਹੈ ਜੀ, ਮਜ਼ਾ ਆ ਗਿਆ। ਥੈਂਕ ਯੂ ਜੀ। ਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਏਗਾ ਇਹ ਸਾਰਾ ਜਿਹੜਾ ਸਾਡੀ ਇੰਟਰਵਿਊ ਸੀਗੀ। ਤੇ ਦੋਸਤੋ, ਇੱਦਾਂ ਹੀ ਸਾਡੇ ਨਾਲ
ਸਾਡੇ ਚੈਨਲ ਤੇ ਜੁੜੇ ਰਹੋ, ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਜਿਨ੍ਹਾਂ ਨੇ ਨਹੀਂ ਕੀਤਾ। ਵਧੀਆ ਵਧੀਆ ਇੰਟਰਵਿਊਜ਼ ਲੈ ਕੇ ਵਧੀਆ ਵਧੀਆ ਆਰਟਿਸਟਾਂ ਦੇ ਨਾਲ ਤੁਹਾਨੂੰ ਇੱਦਾਂ ਹੀ ਰੂਬਰੂ ਕਰਦੇ ਰਵਾਂਗੇ, ਮਿਲਦੇ ਰਵਾਂਗੇ। ਸੋ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ, ਤੇ ਤੁਹਾਡਾ ਵੀ ਇੱਥੇ ਪਹੁੰਚਣ ਲਈ ਤਹਿ ਦਿਲੋਂ ਸ਼ੁਕਰੀਆ ਜੀ ਆਇਆਂ ਨੂੰ। ਥੈਂਕ ਯੂ ਬੱਬਲ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਤੁਸੀਂ ਮੈਨੂੰ ਆਪਣੇ ਚੈਨਲ ਤਾਜ ਸ਼ੂਟਿੰਗ ਤੇ ਆਉਣ ਦਾ ਮੌਕਾ ਦਿੱਤਾ ਤੇ ਸ਼ਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਜਿਹੜੇ ਸਾਨੂੰ ਦਰਸ਼ਕ ਦੇਖ ਰਹੇ ਨੇ, ਸੁਣ ਰਹੇ ਨੇ, ਥੈਂਕ ਯੂ ਸੋ ਮੱਚ।